ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਆਉਣ ਜਾਣ ਦਾ ਰਾਹ ਹੁਣ ਸਿਰਫ 4 ਘੰਟੇ ਦਾ ਰਹਿ ਜਾਣਾ, ਜਿਹੜਾ ਕਿਸੇ ਟਾਈਮ 8 ਘੰਟਿਆਂ ਦਾ ਹੁੰਦਾ ਸੀ। ਅਤੇ ਦਿੱਲੀ ਤੋਂ ਕਟਰਾ ਜਾਣ 'ਚ ਹੁਣ ਸਿਰਫ 6 ਘੰਟੇ ਲੱਗਿਆ ਕਰਨਗੇ, ਜਿਹਨੂੰ ਕਿਸੇ ਟਾਈਮ 14 ਘੰਟੇ ਲੱਗਦੇ ਸੀ। ਇੱਕ ਨਵਾਂ 4 ਲੈਨ ਐਕਸਪ੍ਰੈਸਵੇ ਨਿਕਲ ਰਿਹਾ। ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਅਤੇ ਪਿੰਡਾਂ ਕੋਲ 'ਚ ਇਹ ਐਕਸਪ੍ਰੈਸਵੇ ਨਿਕਲਣਾ, ਕਿਹੜੇ ਕਿਹੜੇ ਪਿੰਡਾਂ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਰੇਟ ਵਧਣਗੇ ਅਤੇ ਕਿੰਨੇ ਕਿੰਨੇ ਵਧਣਗੇ, ਇਹ ਸਾਰਾ ਕੁਝ ਜਾਣਨ ਲਈ ਆਹ ਵਾਲੀ ਵੀਡੀਓ ਲਾਸਟ ਤੱਕ ਦੇਖਿਓ। ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸਵੇ, ਜਿਹੜਾ ਕਿ 670 ਕਿਲੋਮੀਟਰ ਲੰਬਾ 4 ਲੈਨ ਐਕਸਪ੍ਰੈਸਵੇ ਹੋਊਗਾ ਅਤੇ ਇਹਨੂੰ ਇਨ ਫਿਊਚਰ 8 ਲੇਨ ਤੱਕ ਵੀ ਐਕਸਪੈਂਡ ਕੀਤਾ ਜਾ ਸਕਦਾ। ਇਹ ਬਹਾਦਰਗੜ੍ਹ ਬਾਰਡਰ ਜੋ ਕਿ ਦਿੱਲੀ ਕੋਲ ਆ ਉਹਨੂੰ ਕਟਰਾ ਨਾਲ ਜੋੜੂਗਾ, ਪੰਜਾਬ ਅਤੇ ਹਰਿਆਣਾ ਵਿੱਚੋਂ ਦੀ ਹੁੰਦਾ ਹੋਇਆ। ਇਸ ਐਕਸਪ੍ਰੈਸਵੇ ਦੇ ਅਲੱਗ ਅਲੱਗ ਸੈਕਸ਼ਨ ਹੋਣਗੇ, ਜਿਹਦੇ 'ਚੋਂ ਇੱਕ ਆ ਦਿੱਲੀ ਨਕੋਦਰ ਕਟਰਾ ਸੈਕਸ਼ਨ। ਇਹ ਵਾਲੇ ਸੈਕਸ਼ਨ ਦਾ ਨਾਮ ਆ NE5 ਅਤੇ ਇਹ 397 ਕਿਲੋਮੀਟਰ ਲੰਬਾ ਬਣੂਗਾ। ਅਤੇ ਦੂਜਾ ਸੈਕਸ਼ਨ ਆ ਅੰਮ੍ਰਿਤਸਰ ਤੋਂ ਨਕੋਦਰ ਵਾਲਾ ਸੈਕਸ਼ਨ, ਇਹ ਵਾਲੇ ਸੈਕਸ਼ਨ ਦਾ ਨਾਮ ਆ NE5A। ਅਤੇ ਜਦੋਂ ਇਹ ਬਣ ਗਏ ਉਦੋਂ ਦਿੱਲੀ ਤੋਂ ਕਟਰਾ ਜਾਣ ਦਾ ਡਿਸਟੈਂਸ ਜਿਹੜਾ ਹੁਣ 727 ਕਿਲੋਮੀਟਰ ਆ ਉਹ ਸਿਰਫ 588 ਕਿਲੋਮੀਟਰ ਰਹਿ ਜੂਗਾ। ਇਹ ਵਾਲਾ ਹਾਈਵੇ ਬਣਨ ਤੋਂ ਬਾਅਦ ਇਹ 14 ਘੰਟਿਆਂ ਦਾ ਟਾਈਮ ਸਿਰਫ 6 ਘੰਟੇ ਰਹਿ ਜਾਣਾ। ਅਤੇ ਇੱਦਾਂ ਹੀ ਦਿੱਲੀ ਤੋਂ ਅੰਮ੍ਰਿਤਸਰ ਦਾ ਡਿਸਟੈਂਸ ਸਿਰਫ 405 ਕਿਲੋਮੀਟਰ ਰਹਿ ਜਾਣਾ, ਜਿਹਦੇ ਨਾਲ ਅੰਮ੍ਰਿਤਸਰ ਤੋਂ ਦਿੱਲੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਜਾਣ ਜਾਂ ਆਉਣ ਦਾ ਟਾਈਮ ਵੀ 8 ਘੰਟਿਆਂ ਤੋਂ ਘੱਟ ਕੇ 4 ਘੰਟੇ ਰਹਿ ਜਾਣਾ। ਇਸ ਪ੍ਰੋਜੈਕਟ ਉੱਤੇ ਲਗਭਗ 40,000 ਕਰੋੜ ਦਾ ਬਜਟ ਲਾਇਆ ਜਾਣਾ ਅਤੇ ਇਹ ਵਾਲਾ ਐਕਸਪ੍ਰੈਸ ਬਣਾਉਣ ਲਈ ਪੰਜਾਬ ਦੀ ਤਕਰੀਬਨ 14,000 ਕਿੱਲੇ ਜ਼ਮੀਨ ਅਤੇ ਹਰਿਆਣਾ ਦੀ 5,000 ਕਿੱਲੇ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਆ। ਇਹ ਵਾਲੇ ਐਕਸਪ੍ਰੈਸਵੇ 'ਚ ਸੈਕਸ਼ਨ ਤਾਂ ਕਾਫੀ ਨੇ, ਜਿਵੇਂ ਕਿ ਹਰਿਆਣਾ, ਦਿੱਲੀ, ਪੰਜਾਬ ਅਤੇ ਜੰਮੂ ਕਸ਼ਮੀਰ। ਪਰ ਆਹ ਵਾਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਪੰਜਾਬ ਵਾਲੇ ਸੈਕਸ਼ਨ ਦੀ, ਅਤੇ ਪੰਜਾਬ ਦੇ ਵੀ ਇਹ 7 ਜ਼ਿਲ੍ਹਿਆਂ ਵਿੱਚੋਂ ਦੀ ਨਿਕਲਣਾ, ਪਟਿਆਲਾ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ ਅਤੇ ਗੁਰਦਾਸਪੁਰ। ਇਹਨਾਂ ਸਾਰਿਆਂ ਜ਼ਿਲ੍ਹਿਆਂ ਦੀ ਗੱਲ ਆਪਾਂ ਇੱਕ ਵੀਡੀਓ 'ਚ ਤਾਂ ਨਹੀਂ ਕਰ ਸਕਦੇ ਕਿਉਂਕਿ ਫਿਰ ਵੀਡੀਓ ਲੰਬੀ ਅਤੇ ਬੋਰਿੰਗ ਹੋ ਜਾਣੀ ਆ, ਤਾਂ ਕਰਕੇ ਫਿਰ ਅੱਜ ਵਾਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਲੁਧਿਆਣੇ ਦੀ, ਕਿਉਂਕਿ ਮੇਰਾ ਜ਼ਿਲ੍ਹਾ ਵੀ ਲੁਧਿਆਣਾ ਹੀ ਆ। ਬਾਕੀ ਤੁਸੀਂ ਕਮੈਂਟ ਕਰ ਦਿਓ ਜੇ ਤੁਸੀਂ ਕਿਸੇ ਦੂਜੇ ਜ਼ਿਲ੍ਹੇ ਦੇ ਸੈਕਸ਼ਨ ਉੱਪਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ, ਮੈਂ ਬਣਾ ਦੂੰਗਾ ਫਿਰ। ਤਾਂ ਚਲੋ ਹੁਣ ਗੱਲ ਕਰਦੇ ਹਾਂ ਇਹਦੇ ਲੁਧਿਆਣੇ ਵਾਲੇ ਸੈਕਸ਼ਨ ਦੀ, ਜਿਹਦੀ ਕਿ ਸ਼ੁਰੂਆਤ ਹੁੰਦੀ ਆ ਸਤਲੁਜ ਦਰਿਆ ਤੋਂ। ਜਿਵੇਂ ਹੀ ਤੁਸੀਂ ਜਲੰਧਰ ਦੇ ਪਿੰਡ ਸਧਾਰਾ ਵੱਲੋਂ ਸਤਲੁਜ ਨੂੰ ਕ੍ਰੋਸ ਕਰਕੇ ਲੁਧਿਆਣੇ ਦੇ ਪਿੰਡ ਮੰਨੇਵਾਲ 'ਚ ਐਂਟਰ ਕਰਦੇ ਹੋ, ਇੱਥੇ ਦਰਿਆ ਦੇ ਵਿਚਾਲੇ ਪੁਲ ਬਣਾਉਣ ਦਾ ਕੰਮ ਚੱਲ ਰਿਹਾ, ਕਿਉਂਕਿ ਇਹ ਵਾਲਾ ਐਕਸਪ੍ਰੈਸਵੇ ਪੁਲ ਦੇ ਉੱਪਰੋਂ ਦੀ ਹੁੰਦਾ ਹੋਇਆ ਜਾਊਗਾ। ਤਾਂ ਲੁਧਿਆਣਾ ਦਾ ਪਹਿਲਾ ਪਿੰਡ ਜੋ ਇਸ ਐਕਸਪ੍ਰੈਸਵੇ ਦੇ ਲਾਗੇ ਆਉਂਦਾ ਉਹ ਆ ਜੀ ਮਾਨੇਵਾਲ। ਇਹ ਲੁਧਿਆਣੇ ਅਤੇ ਜਲੰਧਰ ਨੂੰ ਜੋੜਨ ਦਾ ਕੰਮ ਵੀ ਕਰਦਾ ਅਤੇ ਇਹ ਤੋਂ ਥੋੜ੍ਹਾ ਜਿਹਾ ਗਾਹਾਂ ਜਾ ਕੇ ਇੱਕ ਸਾਈਡ ਨੂੰ ਲੁਧਿਆਣਾ ਰੂਪਨਗਰ ਵਾਲਾ ਐਕਸਪ੍ਰੈਸਵੇ ਜਾਂਦਾ ਅਤੇ ਇਹਦੇ ਨਾਲ ਹੀ ਇੱਕ ਸਾਈਡ ਆ ਪਿੰਡ ਬੱਲੀਪੁਰ ਅਤੇ ਬੱਲੀਪੁਰ ਦੇ ਬਿਲਕੁਲ ਸਾਹਮਣੇ ਪਿੰਡ ਘੰਮਣੇਵਾਲ। ਅਤੇ ਇਹ ਵਾਲੇ ਐਕਸਪ੍ਰੈਸਵੇ 'ਚ ਕਿਤੇ ਕਿਤੇ VUP ਵਹੀਕੂਲਰ ਅੰਡਰਪਾਸ ਵੀ ਬਣਾਏ ਹੋਏ ਆ, ਮਤਲਬ ਕਿ ਇੱਕ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਨ ਵਾਲੀਆਂ ਹਾਈਵੇ ਦੇ ਥੱਲੇ 'ਚ ਹੀ ਜਾਂਦੀਆਂ ਸੜਕਾਂ। ਅੱਗੇ ਜਾ ਕੇ ਇਹ ਐਕਸਪ੍ਰੈਸਵੇ ਪਿੰਡ ਬੰਨੀਆਂਵਾਲ ਨੂੰ ਕ੍ਰੋਸ ਕਰੂਗਾ, ਜਿੱਥੇ ਕਿ ਹਜੇ ਲੈਂਡ ਐਕੁਜੀਸ਼ਨ ਦਾ ਕੰਮ ਵੀ ਚੱਲ ਰਿਹਾ। ਇੱਥੇ ਐਨੀਮਲ ਅੰਡਰਪਾਸ ਵੀ ਬਣਾਏ ਗਏ ਆ, ਮਤਲਬ ਜਿਵੇਂ ਬੰਦਿਆਂ ਦੇ ਕ੍ਰੋਸ ਕਰਨ ਲਈ ਥੱਲੇ ਸੜਕਾਂ ਬਣਾਈਆਂ ਗਈਆਂ ਸੀਗੀਆਂ, ਉਵੇਂ ਹੀ ਐਨੀਮਲ ਅੰਡਰਪਾਸ ਉਦੋਂ ਵਰਤੇ ਜਾਂਦੇ ਆ ਜਿਵੇਂ ਇੱਕ ਪਿੰਡ ਦੀਆਂ ਮੱਝਾਂ ਗਾਵਾਂ ਜੇ ਕਿਸੇ ਨੇ ਦੂਜੇ ਪਿੰਡ ਲਿਜਾ ਕੇ ਟੋਬੇ ਟੂਬੇ 'ਚ ਨਵਾਉਣੀਆਂ ਹੋਣ, ਉਹਦੇ ਲਈ ਐਨੀਮਲ ਅੰਡਰਪਾਸ ਬਣਾਏ ਗਏ ਆ। ਇਦੋਂ ਅੱਗੇ ਜਾ ਕੇ ਪਿੰਡ ਆਉਂਦਾ ਭੱਠਾ ਧੂਆਂ, ਜਿਹਦੇ ਸਾਹਮਣੇ ਆ ਪਿੰਡ ਹੰਬੜਾਂ। ਇਹਨਾਂ ਪਿੰਡਾਂ ਨੂੰ ਕ੍ਰੋਸ ਕਰਦੀ ਅੱਗੇ ਆ ਜਾਂਦਾ ਹੰਬੜਾਂ ਰੋਡ, ਅਤੇ ਇਹ ਵਾਲੇ ਰੋਡ 'ਤੇ ਲੁਧਿਆਣੇ ਵਾਲਿਆਂ ਨੂੰ ਇਸ ਐਕਸਪ੍ਰੈਸਵੇ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਮਿਲਣਗੇ। ਇਦੋਂ ਗਾਹਾਂ ਜਾ ਕੇ ਪਿੰਡ ਆਊਗਾ ਚੱਕ ਪੱਟੀਆਂ, ਅਤੇ ਉਹਦੇ ਸਾਹਮਣੇ ਬਿਲਕੁਲ ਪਿੰਡ ਚੰਗਾ, ਇੱਥੇ ਵੀ VUP ਅਤੇ ਐਨੀਮਲ ਵਾਲੇ ਅੰਡਰਪਾਸ ਬਣੇ ਹੋਏ ਆ। ਫਿਰ ਇਦੋਂ ਅੱਗੇ ਆਊਗਾ ਸਿੱਧਵਾਂ ਕਲਾਂ। ਇੱਥੇ ਹੁਣ ਨੋਟ ਕਰਨ ਵਾਲੀ ਗੱਲ ਇਹ ਆ ਕਿ ਲੁਧਿਆਣਾ ਸਾਊਥ ਸਿਟੀ AIPL ਵੱਲੋਂ ਥੋੜ੍ਹੇ ਕੁ ਕਿਲੋਮੀਟਰ ਅੱਗੇ ਜਾ ਕੇ ਕੰਸਟਰਕਸ਼ਨ ਦਾ ਕਾਫੀ ਕੰਮ ਕਰਾਇਆ ਜਾ ਰਿਹਾ ਅਤੇ ਹੋ ਵੀ ਚੁੱਕਿਆ, ਪਰ ਇੱਥੇ ਇਹ ਵਾਲੇ ਐਕਸਪ੍ਰੈਸ ਦਾ ਕੋਈ ਵੀ ਐਂਟਰੀ ਜਾਂ ਐਗਜ਼ਿਟ ਪੁਆਇੰਟ ਨਹੀਂ ਹੈਗਾ, ਕਿਉਂਕਿ ਇਹ ਵਾਲਾ ਐਕਸਪ੍ਰੈਸਵੇ ਐਕਸੈਸ ਕੰਟਰੋਲਡ ਆ ਅਤੇ ਇਹਨਾਂ ਦੀ ਐਂਟਰੈਂਸ ਅਤੇ ਐਗਜ਼ਿਟ ਪੁਆਇੰਟ ਕਾਫੀ ਘੱਟ ਜਗ੍ਹਾ 'ਤੇ ਹੁੰਦੇ ਆ। ਇੱਥੇ ਕਾਫੀ ਜਗ੍ਹਾ ਹਜੇ ਅਰਥ ਦਾ ਕੰਮ ਹੋਣਾ ਵੀ ਬਾਕੀ ਆ, ਮਿੱਟੀ ਮੁੱਟੀ ਸੱਟਣ ਵਾਲੀ ਆ,
ਕਿਉਂਕਿ ਇਹ ਵਾਲੇ ਐਕਸਪ੍ਰੈਸਵੇ ਜ਼ਮੀਨ ਨਾਲੋਂ ਕਾਫ਼ੀ ਉੱਚੇ ਬਣਾਏ ਜਾਂਦੇ ਆ। ਅਤੇ ਇਦੋਂ ਅੱਗੇ ਫਿਰ ਇਹ ਐਕਸਪ੍ਰੈਸਵੇ ਪਿੰਡ ਦਾਖਾ ਕੋਲ 'ਚ ਹੀ ਲੰਘੂਗਾ ਅਤੇ ਦਾਖੇ ਨੂੰ ਕ੍ਰੋਸ ਕਰਦੇ ਹੀ ਮੁੱਲਾਪੁਰ ਦੇ ਨਾਲ ਨਾਲ ਇਹ ਫਿਰੋਜ਼ਪੁਰ ਰੋਡ 'ਤੇ ਪਹੁੰਚੂਗਾ। ਫਿਰ ਇਹ ਐਕਸਪ੍ਰੈਸਵੇ NH5 ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਪਰੋਂ 'ਚ ਹੀ ਹੁੰਦਾ ਹੋਇਆ ਪੀਸ ਪਬਲਿਕ ਸਕੂਲ ਦੇ ਸਾਹਮਣੇ 'ਚ ਹੀ ਜਾਊਗਾ। ਅਤੇ ਇੱਥੇ ਖੁਸ਼ੀ ਵਾਲੀ ਗੱਲ ਇਹ ਆ ਕਿ ਜੇ ਕੋਈ ਫਿਰੋਜ਼ਪੁਰ ਤੋਂ ਜਾਂ ਲੁਧਿਆਣੇ ਤੋਂ ਦਿੱਲੀ ਜਾਂ ਕਟਰਾ ਜਾਣਾ ਚਾਹੁੰਦਾ ਉਹਨੂੰ ਇਸ ਪੁਆਇੰਟ 'ਤੇ ਇਹਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਮਿਲਣਗੇ। ਅਤੇ ਦਾਖੇ ਪਿੰਡ ਤੋਂ ਬਾਅਦ 'ਚ ਇਹ ਭਨੌੜ, ਹਸਨਪੁਰ, ਰੋੜਕਾ, ਪਮਾਲ, ਖੰਡੂਰ, ਸ਼ੋਕਰਾਂ, ਜੋਧਾਂ, ਬੱਲੋਵਾਲ, ਗੁੱਜਰਾਲ, ਕੋਟੱਗਾ, ਕਾਲਖ, ਜੁਰਾਹਾ, ਰੰਗੂਵਾਲ, ਧੂਰਕੋਟ, ਛਪਾਰ। ਇਦੂ ਬਾਅਦ 'ਚ ਫਿਰ ਇਹ ਵਾਲਾ ਐਕਸਪ੍ਰੈਸਵੇ ਦਲੀਜ ਕਲਾਂ ਜੋ ਕਿ ਮਲੇਰਕੋਟਲਾ 'ਚ ਆ ਉੱਧਰ ਐਂਟਰ ਹੋ ਜਾਣਾ। ਤਾਂ ਹੁਣ ਗੱਲ ਕਰਦੇ ਹਾਂ ਵੀ ਇਹ ਐਕਸਪ੍ਰੈਸਵੇ ਕਦੋਂ ਤੱਕ ਕੰਪਲੀਟ ਹੋਊਗਾ ਅਤੇ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਦੇ ਰੇਟ ਵਧਣਗੇ ਜਾਂ ਨਹੀਂ। ਜੇ ਵਧਣਗੇ ਤਾਂ ਕਿੰਨੇ ਕੁ ਵਧਣਗੇ। ਇਹ ਪ੍ਰੋਜੈਕਟ 2021 'ਚ ਸ਼ੁਰੂ ਹੋਇਆ ਸੀ ਅਤੇ ਇਹ 2025 ਤੱਕ ਕੰਪਲੀਟ ਹੋ ਜਾਣਾ। ਇਸ ਪੂਰੇ ਦਿੱਲੀ ਤੋਂ ਲੱਗ ਕੇ ਕਟਰਾ ਵਾਲੇ ਐਕਸਪ੍ਰੈਸਵੇ 'ਚ 11 ਐਂਟਰਚੇਂਜ ਬਣਾਏ ਜਾਣੇ ਆ, 14 ROB ਮਤਲਬ ਰੇਲ ਓਵਰ ਬ੍ਰਿਜ, 11 ਫਲਾਈਓਵਰ ਅਤੇ 6 ਮੇਜਰ ਬ੍ਰਿਜ। ਅਤੇ ਜਿਹੜੇ ਪਿੰਡਾਂ ਬਾਰੇ ਤੁਹਾਨੂੰ ਹੁਣ ਮੈਂ ਦੱਸਿਆ ਉਹਨਾਂ ਦੀਆਂ ਜ਼ਮੀਨਾਂ ਦੇ ਰੇਟ ਦੇਖੋ ਡਿਪੈਂਡ ਕਰਦਾ ਯਾਰ, ਕਿਤੇ ਕਿਤੇ ਤਾਂ ਕਾਫ਼ੀ ਜ਼ਿਆਦਾ ਵਧੇ ਨੇ ਅਤੇ ਕਿਤੇ ਕਿਤੇ ਬਹੁਤ ਮਾਮੂਲੀ ਜਿਹਾ ਫਰਕ ਪਿਆ ਵਾ। ਇਹ ਹੁਣ ਤੁਸੀਂ ਕਮੈਂਟ ਕਰਕੇ ਦੱਸ ਦਿਓ ਜੇ ਤੁਹਾਡੇ ਪਿੰਡ ਕੋਲ 'ਚ ਵੀ ਇਹ ਹਾਈਵੇ ਲੰਘ ਰਿਹਾ, ਆਪਣੇ ਪਿੰਡ ਦਾ ਨਾਮ ਲਿਖ ਦਿਉ ਅਤੇ ਦੱਸ ਦਿਓ ਵੀ ਤੁਹਾਡੇ ਪਿੰਡ ਦੀ ਜ਼ਮੀਨ ਦੇ ਰੇਟ ਵਧੇ ਨੇ ਜਾਂ ਨਹੀਂ ਵਧੇ, ਜੇ ਵਧੇ ਨੇ ਤਾਂ ਕਿੰਨੇ ਕੁ ਵਧੇ ਨੇ। ਕਿਉਂਕਿ ਦੇਖੋ ਗੱਲ ਹੈਗੀ ਐਵੇਂ, ਕਈ ਲੋਕਾਂ ਦਾ ਕਹਿਣਾ ਵਾ ਵੀ ਹੈ ਨਾ ਇਹ ਜਿਹੜਾ ਐਕਸਪ੍ਰੈਸਵੇ ਆ ਜ਼ਮੀਨਾਂ ਨਾਲੋਂ ਕਾਫ਼ੀ ਉੱਚਾ ਉੱਚਾ ਲੰਘਣਾ ਵਾ, ਤਾਂ ਕਰਕੇ ਫਿਰ ਜ਼ਮੀਨਾਂ ਦੇ ਰੇਟਾਂ 'ਚ ਕੋਈ ਬੜਾ ਫਰਕ ਨਹੀਂ ਪੈਣਾ ਇਸ ਐਕਸਪ੍ਰੈਸਵੇ ਦੇ ਨਾਲ। ਪਰ ਕਈ ਲੋਕਾਂ ਦਾ ਕਹਿਣਾ ਮੈਂ ਵੀ ਚਾਹੇ ਚਲੋ ਉੱਚੇ ਹੀ ਲੰਘਣੇ ਆ ਪਰ ਫਿਰ ਵੀ ਇਹਦੇ ਆਲੇ ਦੁਆਲੇ ਪੈਟਰੋਲ ਪੰਪ, ਵਹੀਕਲ ਚਾਰਜਿੰਗ ਸਟੇਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਸ਼ੋਪਸ ਤਾਂ ਖੁੱਲ੍ਹਣੀ ਆ, ਤਾਂ ਫਿਰ ਉਵੇਂ ਉਵੇਂ ਜਿਵੇਂ ਡਿਵਲਪਮੈਂਟ ਹੋਊਗੀ ਉਵੇਂ ਫਿਰ ਇਹਦਾ ਰੇਟ ਵੀ ਵਧੂਗਾ ਜ਼ਮੀਨਾਂ ਦਾ ਇਹਦੇ ਜਿਹੜੀਆਂ ਆਲੇ ਦੁਆਲੇ ਹੋਣਗੀਆਂ। ਬਾਕੀ ਤੁਸੀਂ ਆਪ ਵੀ ਸਿਆਣੇ ਹੋ, ਤੁਹਾਨੂੰ ਜੋ ਕੁਛ ਵੀ ਲੱਗਦਾ ਉਹ ਕਮੈਂਟ 'ਚ ਲਿਖ ਦਿਓ। ਤਾਂ ਬਸ ਇਹੀ ਸੀਗੀ ਦਿੱਲੀ ਅੰਮ੍ਰਿਤਸਰ ਕਟਰਾ ਦੇ ਪੰਜਾਬ ਸੈਕਸ਼ਨ 'ਚੋਂ ਲੁਧਿਆਣੇ ਵਾਲੇ ਸੈਕਸ਼ਨ ਦੀ ਵੀਡੀਓ। ਅਤੇ ਬਹੁਤ ਜਲਦ ਆਪਾਂ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਕੋਲ 'ਚ ਇਹ ਐਕਸਪ੍ਰੈਸਵੇ ਲੰਘਣਾ, ਪਟਿਆਲਾ, ਸੰਗਰੂਰ, ਮਲੇਰਕੋਟਲਾ, ਜਲੰਧਰ, ਕਪੂਰਥਲਾ ਅਤੇ ਗੁਰਦਾਸਪੁਰ, ਇਹਨਾਂ ਉੱਪਰ ਵੀ ਵੀਡੀਓ ਬਣਾਵਾਂਗੇ। ਚਲੋ ਚੰਗਾ ਜੀ, ਫਿਰ ਹੁਣ ਬਸ ਆ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।